ਹਲਕਾ ਚੰਬੇਵਾਲ ਦੀਆਂ ਸਮੂਹ ਸੰਗਤਾਂ ਵੱਲੋਂ ਸ਼੍ਰੀ ਗੁਰਦਾਸ ਮਹਾਰਾਜ ਜੀ ਦੇ ਪ੍ਰਕਾਸ਼ ਪੁਰਬ ਤੇ ਸ਼੍ਰੀ ਨਨਕਾਣਾ ਸਾਹਿਬ ਜੀ ਦੇ ਸ਼ਹੀਦਾਂ ਨੂੰ ਸਮਰਪਿਤ ਮਹਾਨ ਕੀਰਤਨ ਦਰਬਾਰ ਦਾਣਾ ਮੰਡੀ ਚੰਬੇਵਾਲ ਵਿਖੇ ਸੋਹਣ ਸਿੰਘ ਠੰਡਲ ਦੀ ਅਗਵਾਈ ਵਿੱਚ ਸਮੂਹ ਸੰਗਤਾਂ ਦੇ ਸਹਿਯੋਗ ਨਾਲ ਕਰਵਾਇਆ ਗਿਆ। ਇਸ ਮੌਕੇ ਪੰਥ ਦੇ ਪ੍ਰਮੁੱਖ ਰਾਗੀ ਜਥੇ ਕੀਰਤਨੀ ਜਥੇ ਕਥਾ ਵਾਚਕਾਂ ਵੱਲੋਂ ਸੰਗਤਾਂ ਨੂੰ ਗੁਰਬਾਣੀ ਦੇ ਮਨੋਹਰ ਕੀਰਤਨ ਕਥਾ ਵਿੱਚ ਚਰਨ ਨਾਲ ਨਿਹਾਲ ਕੀਤਾ ਗਿਆ। ਇਸ ਮੌਕੇ ਵਿਸ਼ੇਸ਼ ਤੌਰ 'ਤੇ ਪਹੁੰਚੇ ਪ੍ਰਮੁੱਖ ਲੋਕਾਂ ਨੂੰ ਗੁਰੂ ਘਰ ਦੀ ਬਖਸ਼ਿਸ਼ ਸਰੂਪੋ ਦੇ ਕੇ ਸਨਮਾਨਿਤ ਕੀਤਾ ਗਿਆ। ਮਹਾਨ ਭਗਤ ਮਹਾਨ ਰਹਿਬਰ ਸ੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦੇ ਆਗਮਨ ਪੁਰਬ ਨੂੰ ਸਮਰਪਿਤ ਸਮੁੱਚੇ ਇਲਾਕੇ ਵੱਲੋਂ ਹਲਕਾ ਚੰਬੇਵਾਲ ਵੱਲੋਂ ਮਨਾਉਣ ਦਾ ਉਪਰਾਲਾ ਕੀਤਾ ਗਿਆ। ਕਾਫੀ ਸਮੇਂ ਤੋਂ ਸਾਰੇ ਵਰਕਰ ਸਾਰੀ ਸੰਗਤ ਦੀ ਇਹ ਮੰਗ ਸੀ ਕਿ ਚੰਬੇਵਾਲ ਦੇ ਵਿੱਚ ਕੋਈ ਇਹੋ ਜਿਹਾ ਸਮਾਗਮ ਨਹੀਂ ਹੁੰਦੇ, ਕਿਉਂਕਿ ਸਾਡਾ ਜਿਹੜਾ ਇਹ ਹਲਕਾ ਆ ਇਹ ਸਾਰਾ ਪੇਂਡੂ ਆ, ਕੋਈ ਸ਼ਹਿਰ ਕਸਬਾ ਨਹੀਂ ਹੈ। ਇਸ ਕਰਕੇ ਵੱਖਰੇ ਸਮਾਗਮ ਨਹੀਂ ਹੁੰਦੇ ਸੀ। ਸੋ ਅਸੀਂ ਸਾਰਿਆਂ ਨੇ ਇਕੱਠਿਆਂ ਹੋ ਕੇ ਇਸ ਚੀਜ਼ ਦਾ ਫੈਸਲਾ ਕੀਤਾ ਕਿ ਆਹ ਜਿਹੜਾ ਸਮਾਂ ਆ ਇਹ ਗੁਰਦਾਸ ਜੀ ਮਹਾਰਾਜ ਦਾ ਆਗਮਨ ਪੁਰਬ ਆ ਰਿਹਾ, ਹਰ ਪਿੰਡ ਹਰ ਗੁਰਦੁਆਰਾ ਸਾਹਿਬ ਦੇ ਵਿੱਚ ਲੋਕਾਂ ਨੇ ਮਨਾਉਣੇ ਆ, ਕਿਉਂ ਨਾ ਆਪਾਂ ਸਾਰੇ ਇਲਾਕੇ ਦੀ ਸੰਗਤ ਇਕੱਠੇ ਹੋ ਕੇ ਇਸ ਦਿਨ ਨੂੰ ਮਨਾਈਏ ਔਰ ਸਾਰੀ ਵਰਕਰ ਸਾਹਿਬਾਨ ਦੀ ਮੇਰੇ ਸਾਥੀਆਂ ਦੀ ਜੋ ਮਨੋਕਾਮਨਾ ਸੀ ਉਹਦੇ 'ਚ ਇਹ ਸੀ ਕਿ ਪੋਲੀਟੀਕਲ ਪਾਰਟੀ ਵਿੱਚ ਉੱਪਰ ਉੱਠ ਕੇ ਮਨਾਉਣਾ, ਜਿਹਦੇ ਵਿੱਚ ਜਿਵੇਂ ਹੁਣੇ ਹਜ਼ੂਰੀ ਰਾਗੀ ਹਰਿਮੰਦਰ ਸਾਹਿਬ ਤੋਂ ਤੁਹਾਨੂੰ ਸ਼ਬਦ ਗਾਨ ਕਰਕੇ ਇਸ ਤਰ੍ਹਾਂ ਗਾਏ। ਉਸ ਤੋਂ ਪਹਿਲਾਂ ਇੱਕ ਹੋਰ ਰੰਗ ਆ ਜਿਹੜਾ ਆਪਣੇ ਜਿਹਨੂੰ ਆਪਾਂ ਚਿੰਬਦਿਆਂ ਵਾਲੇ ਕਹਿੰਦੇ ਹਾਂ ਬਾਬਾ ਖੋਸ਼ਕੀ ਪੁਰਜੀ, ਉਹ ਵੀ ਆਪਣੇ ਲਹਿਜੇ ਵਿੱਚ ਗੱਲ ਕਰਕੇ ਗਏ ਆ।